ਖਬਰ ਪਾਕਿਸਤਾਨ 'ਚ ਮਾਰੇ ਗਏ ਭਾਰਤੀ ਕੈਦੀ ਸਰਬਜੀਤ ਸਿੰਘ ਨਾਲ ਜੁੜੀ ਹੋਈ ਹੈ। ਦਰਅਸਲ ਸਰਬਜੀਤ ਸਿੰਘ ਦੀ ਭੈਣ ਦਲਵੀਰ ਕੌਰ ਦਾ DNA ਕਰਵਾਏ ਜਾਣ ਦੀ ਖਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ DGP ਨੂੰ ਇੱਕ ਪੱਤਰ ਲਿਖਿਆ ਜਿਸ ਦੇ ਵਿੱਚ ਸਰਬਜੀਤ ਕੌਰ ਦੀ ਭੈਣ ਯਾਨੀ ਕਿ ਦਲਵੀਰ ਕੌਰ ਦਾ DNA ਟੈਸਟ ਕਰਵਾਏ ਜਾਣ ਦੀ ਗੱਲ ਆਖੀ ਗਈ ਹੈ। ਪਾਕਿਸਤਾਨ ਦੀ ਜੇਲ੍ਹ 'ਚ ਮਾਰੇ ਗਏ ਭਾਰਤੀ ਕੈਦੀ ਸਰਬਜੀਤ ਸਿੰਘ ਦਾ ਮਾਮਲਾ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ ਆ ਗਿਆ। ਸੂਬਾ ਸਰਕਾਰ ਦੇ ਗ੍ਰਹਿ ਵਿਭਾਗ ਨੇ DGP ਨੂੰ ਇੱਕ ਪੱਤਰ ਲਿਖਿਆ ਜਿਸ ਦੇ ਵਿੱਚ ਸਰਬਜੀਤ ਸਿੰਘ ਦੀ ਭੈਣ ਦਲਵੀਰ ਕੌਰ ਦਾ DNA ਟੈਸਟ ਕਰਵਾਉਣ ਦੀ ਗੱਲ ਆਖੀ ਗਈ ਹੈ। ਦੱਸ ਦੇ ਕਿ ਦਲਵੀਰ ਕੌਰ 'ਤੇ ਇਲਜ਼ਾਮ ਲੱਗਦੇ ਆ ਰਹੇ ਨੇ ਕਿ ਉਹ ਸਰਬਜੀਤ ਸਿੰਘ ਦੀ ਅਸਲ ਭੈਣ ਨਹੀਂ ਹੈ। ਇਹ ਇਲਜ਼ਾਮ ਉਹਨਾਂ 'ਤੇ ਪਹਿਲਾਂ ਵੀ ਕਈ ਵਾਰ ਲੱਗ ਚੁੱਕੇ ਨੇ ਅਤੇ ਗ੍ਰਹਿ ਵਿਭਾਗ ਨੇ DGP ਨੂੰ ਪੱਤਰ ਲਿਖਿਆ ਕਿ ਇਸ ਮਾਮਲੇ ਦੀ ਜਾਂਚ ਕਰਕੇ ਐਕਸ਼ਨ ਲਿਆ ਜਾਵੇ ਅਤੇ ਵਿਭਾਗ ਨੂੰ ਵੀ ਸੂਚਿਤ ਕੀਤਾ ਜਾਵੇ। ਦੱਸ ਦੇ ਕਿ ਵਿਭਾਗ ਦੀ ਚਿੱਠੀ ਮੁਤਾਬਕ ਮਹਾਰਾਸ਼ਟਰ ਦੇ ਰਹਿਣ ਵਾਲੇ ਪ੍ਰਦੀਪ ਨਾਂ ਦੇ ਵਿਅਕਤੀ ਨੇ ਸੱਚ ਸਾਹਮਣੇ ਲਿਆਉਣ ਵਾਸਤੇ ਦਲਵੀਰ ਕੌਰ ਦੇ DNA ਟੈਸਟ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਪੰਜਾਬ ਦੇ ਗ੍ਰਹਿ ਵਿਭਾਗ ਨੇ ਹੁਣ DGP ਨੂੰ ਇਸ ਦੀ ਜ਼ਿੰਮੇਵਾਰੀ ਸੌਂਪੀ ਹੈ ਕਿ ਦਲਵੀਰ ਕੌਰ ਦਾ DNA ਟੈਸਟ ਕਰਵਾਇਆ ਜਾਵੇ ਅਤੇ ਜੋ ਵੀ ਅਸਲ ਸੱਚ ਹੈ ਉਸ ਨੂੰ ਸਭ ਦੇ ਸਾਹਮਣੇ ਲਿਆਂਦਾ ਜਾਵੇ। 2 ਮਈ ਕੋ ਸਰਬਜੀਤ ਕੇ ਲਈ ਸਾਰਾ ਦੇਸ਼ ਇਕੱਠਾ ਹੋਇਆ ਥਾ। 26 ਅਪ੍ਰੈਲ ਕੋ ਉਸਕੇ ਉੱਪਰ ਜੇਲ੍ਹ ਕੇ ਅੰਦਰ ਹਾਦਸਾ ਹੁਆ, ਉਸ ਪਰ ਹਮਲਾ ਹੁਆ। ਅਫਸੋਸ ਮੁਝੇ ਸਾਰੀ ਜਬ ਤੱਕ ਮੈਂ ਜੀਊਂਗੀ ਜਿਤਨੇ ਸਾਲ ਵੀ, ਇੱਕ ਅਫਸੋਸ ਰਹੇਗਾ ਕਿ ਇਨ ਹਾਥੋਂ ਸੇ ਮੈਨੇ ਆਪਣੇ ਬੇਟੇ ਕੋ, ਆਪਣੇ ਭਾਈ ਕੋ, ਜਿਸੇ ਮੈਨੇ ਅਕਸਰ ਬੇਟਾ ਕਹਿਕਰ ਪੁਕਾਰਾ, ਰਾਖੀ ਬਾਂਧੀ ਥੀ, ਆਪਣੇ ਹਾਥੋਂ ਸੇ ਉਸੇ ਰੋਟੀ ਵੀ ਖਿਲਾਈ ਥੀ, ਪਿਆਰ ਕੀਆ ਥਾ, ਉਸੇ ਸਲਾਹਾ ਥਾ, ਉਸਕੇ ਬਾਲੋਂ ਮੇਂ ਹੱਥ ਮੈਂ ਫੇਰਤੀ ਥੀ, ਉਸਕਾ ਜੂੜਾ ਵੀ ਕਿਆ ਕਰਤੀ ਥੀ, ਰੁਮਾਲ ਵੀ ਡਾਲਾ ਕਰਤੀ ਥੀ, ਔਰ ਕਈ ਵਾਰ ਵੋ ਅਗਰ ਮੇਰੇ ਸਾਥ ਰੁੱਟ ਕਰ ਰੋ ਵੀ ਪੜਤਾ ਤੋ ਉਸਕੇ ਆਸੂ ਵੀ ਪਹੁੰਚਤੀ ਥੀ, ਔਰ ਇਨਹੀ ਹੱਥੋਂ ਨੇ ਮੈਂ ਸਮਝਤੀ ਹੂੰ ਕਿ ਹਿੰਦੁਸਤਾਨ ਹੀ ਨਹੀਂ ਬਲਕਿ ਸਾਰੀ ਦੁਨੀਆ ਮੈਂ ਸ਼ਾਇਦ ਇੱਕ ਅਭਾਗੀ ਬਹਿਣ ਮੈਂ ਹੀ ਹੋਊਂਗੀ ਜਿਸਨੇ ਆਪਣੇ ਪੁੱਤਰ ਸਮਾਨ ਬੇਟੇ ਕੀ ਚਿਤਾ ਕੋ ਅਗਨੀ ਦਿੱਤੀ। ਅਫਸੋਸ ਯਹੀ ਰਹੇਗਾ ਕਿ ਉਹ ਹੱਥ ਅੱਜ ਵੀ ਮੇਰੇ ਸਲਾਮਤ ਹੈ। ਦਿਲ ਮੇਂ ਬਹੁਤ ਵਾਰ ਆਇਆ ਕਿ ਕਾਸ਼ ਇਹ ਹੱਥ ਟੁੱਟ ਜਾਤੇ। ਸਰਬਜੀਤ ਸੇ ਮੈਨੇ ਮਾਫੀ ਮੰਗੀ ਥੀ ਕਿ ਮੈਂ ਤੁਮਸੇ ਸ਼ਮਾ ਚਾਹਤੀ ਹੂੰ ਸਰਬਜੀਤ, ਮੈਂ ਤੁਮੇ ਛੁਡਾਨੇ ਕੇ ਲੀਏ ਸ਼ਾਇਦ ਵੋ ਪ੍ਰਯਾਸ ਨਹੀਂ ਕਰ ਪਾਈ ਜੋ ਮੁਝੇ ਕਰਨੇ ਚਾਹੀਏ ਥੇ, ਜਾਂ ਸ਼ਾਇਦ ਉਨ ਸਰਕਾਰੋਂ ਕੇ ਕਾਨੂੰਨ ਪਰ ਜੂ ਨਹੀਂ ਰਹੇਗੀ ਜਿਨਕੇ ਪਾਸ ਮੈਂ ਜਾ ਕਰ ਗਿੜਗਿੜਾਤੀ ਥੀ, ਬੜੀ ਆਪਣੀ ਤਰਫ ਸੇ ਮੈਂ ਉਨਕੇ ਪਾਸ ਹਰ ਬਾਤ ਕੋ ਰੱਖਤੀ ਥੀ ਕਿ ਆਪਣਾ ਪਕਸ਼ ਮਜ਼ਬੂਤ ਹੈ, ਪਾਕਿਸਤਾਨ ਸਰਕਾਰ ਕੇ ਪਾਸ ਉਠਾਈਏ, ਸ਼ਾਇਦ ਵੋ ਵੀ ਇਸਮੇ ਕਾਮਯਾਬ ਨਹੀਂ ਹੋਏ, ਹਮੇ ਸਫਲਤਾ ਨਹੀਂ ਮਿਲੀ, ਜਾਂ ਹੋ ਸਕਤਾ ਹੈ ਕਿ ਪਾਕਿਸਤਾਨ ਕਾ ਆਪਣਾ ਇਰਾਦਾ ਹੀ ਨਾ ਹੋ ਕਿ ਸਾਰਾ ਦੇਸ਼ ਇੱਕ ਵਿਅਕਤੀ ਕੇ ਲੀਏ ਖੜਾ ਹੈ ਅੱਜ ਹਿੰਦੁਸਤਾਨ, ਉਸੇ ਅੱਛਾ ਨਹੀਂ ਲੱਗ ਰਿਹਾ ਥਾ, ਆਪ ਸਭ ਕੀ ਭਾਵਨਾਏ, ਉਸੇ ਵੋ ਪਿਆਰ ਵੋ ਸਭ ਕੁਛ ਉਸੇ ਜਲਨ ਥੀ ਜਾਂ ਕਿਆ ਥਾ, ਮੈਂ ਨਹੀਂ ਸਮਝ ਪਾਈ, ਵੋ ਛੂਟ ਕਰ ਨਹੀਂ ਆਇਆ। ਇਹ 2 ਮਈ, 28 ਅਗਸਤ, 26 ਅਪ੍ਰੈਲ, 2 ਮਈ ਮੇਰੇ ਜੀਵਨ ਕੇ ਇੱਕ ਕਾਲੇ ਦਿਨ ਹੈ ਮੇਰੇ ਇਤਿਹਾਸ ਕੇ ਲੀਏ, ਮੇਰੇ ਦੁੱਖ ਕੇ ਲੀਏ, ਮੇਰੇ ਦਰਦ ਕੇ ਲੀਏ,